पेरेंट्स नूं भी अपील करदी हां कि तुसी क्यों नहीं बोलते, कि तुसी चाहुंदे हो कि साडे बच्चे अंग्रेजी बोलन, तां करके ओह पेरेंट्स नहीं बोलते। असी एक गल कहने कि जिते अंग्रेजी बोली जाती है, अंग्रेजी बोलने फाइन नहीं, उत्थे साडी मां बोली बोलन ते भी फाइन नहीं होना चाहिए। एट्थ दे विच मेरे बेटे दे स्कूल दे विच मैं गई ते बेटे नूं ना फाइन किया कि पंजाबी बोलदा, तां मैं मैम नूं कहा मैं ये फाइन पे नहीं करूँगी, तुसी मेरे बच्चे का नाम कट सकते हो स्कूल दे विचों, पर मेरा बच्चा पंजाबी बोलूगा, मेरे बच्चे नूं तुसी पंजाबी बोलन तो मना नहीं कर सकते। ये चीज़ा कि जिवें असी इस चीज़ लई कर रहे हैं, हर पेरेंट्स नूं ये गल कहनी चाहिए आ, असी अंग्रेजी के खिलाफ नहीं, असी हिंदी के खिलाफ नहीं, पर साडी पंजाबी बोलन दे उत्ते फाइन क्यों फाइन पे कर दिंदे आ कि हाँ साडे बच्चे नूं फाइन पे हो गया पंजाबी बोलन ते, माँ भी लड़ती है कि पुत तू पंजाबी ना बोली क्यों। ਅਤੇ ਅੱਜ ਤੁਸੀਂ ਫਿਰ ਸੰਘਰਸ਼ ਦੀ ਰਾਹ 'ਤੇ ਤੁਰੇ ਹੋ, ਇੱਥੇ ਇਕੱਠੇ ਹੋਏ ਹੋ, ਅਤੇ ਕੀ ਕਾਰਨ ਹੈ, ਕੀ ਰੀਜ਼ਨ ਹੈ ਕਿ ਤੁਹਾਨੂੰ ਅੱਜ ਫਿਰ ਸੜਕਾਂ 'ਤੇ ਬੈਠ ਕੇ ਧਰਨੇ ਲਾਉਣੇ ਪੈ ਰਹੇ ਨੇ, ਕੀ ਕਾਰਨ ਬਣਿਆ ਜੀ? ਸਭ ਤੋਂ ਵੱਡਾ ਕਾਰਨ ਤਾਂ ਅੱਜ ਜਿਹੜਾ ਅੰਦੋਲਨ ਆ ਉਹ ਇਸ ਕਰਕੇ ਆ ਕਿ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਆ ਉਹਨੂੰ ਚੰਡੀਗੜ੍ਹ ਦੇ ਵਿੱਚ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਦੇ ਲਈ ਆ ਜਿਹੜਾ ਉਹ ਅੱਜ ਅਸੀਂ ਇੱਥੇ ਰੋਸ ਮੁਜ਼ਾਹਰਾ ਕਰਨ ਆਏ ਹਾਂ, ਕਿਉਂਕਿ ਜਿੱਥੇ ਜਿਹੜੀ ਅੰਗਰੇਜ਼ੀ ਆ ਉਹ 22 ਭਾਸ਼ਾਵਾਂ ਦੇ ਵਿੱਚ ਨਹੀਂ ਆ, ਪਰ ਸਾਡੀ ਪੰਜਾਬੀ 22 ਭਾਸ਼ਾਵਾਂ ਦੇ ਵਿੱਚ ਆ, ਅਤੇ ਸਾਡੀ ਪੰਜਾਬੀ ਜਿਹੜੀ ਉਹ ਤੀਜੇ ਨੰਬਰ 'ਤੇ ਆ, ਅਤੇ ਅੰਗਰੇਜ਼ੀ ਸਾਡੀ ਕਿਸੇ ਭਾਸ਼ਾ ਨਾਲ ਲੜਾਈ ਨਹੀਂ ਆ, ਹਰ ਭਾਸ਼ਾ ਆਉਣੀ ਚਾਹੀਦੀ ਆ ਸਾਨੂੰ, ਕਿਉਂਕਿ ਅਸੀਂ ਦੇਸ਼ ਦੇ ਵਿੱਚ ਕਿਤੇ ਵੀ ਜਾਣਾ ਤਾਂ ਸਾਨੂੰ ਹਰ ਭਾਸ਼ਾ ਆਉਣੀ ਚਾਹੀਦੀ ਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪੰਜਾਬੀ ਹਾਂ ਤਾਂ ਅਸੀਂ ਚੰਡੀਗੜ੍ਹ ਦੇ ਵਿੱਚ ਮੰਗ ਕਰ ਰਹੇ ਹਾਂ ਵੀ ਸਾਡੀ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਓ, ਕਿਉਂਕਿ ਸਾਡੀ ਮਾਂ ਬੋਲੀ ਪੰਜਾਬੀ ਆ, ਪੰਜਾਬ ਜਿਵੇਂ ਚੰਡੀਗੜ੍ਹ ਦੇ ਨਾਲ ਜੁੜਿਆ ਹੋਇਆ ਤਾਂ ਪੰਜਾਬ ਦੇ ਅਸੀਂ ਚੰਡੀਗੜ੍ਹ ਦੇ ਵਿੱਚ ਮੰਗ ਕਰ ਰਹੇ ਹਾਂ ਕਿ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਹੈਗਾ ਉਹ ਲਾਗੂ ਕੀਤਾ ਜਾਵੇ, ਜਿਵੇਂ ਸਕੂਲਾਂ ਦੇ ਵਿੱਚ ਫਾਈਨ ਕੀਤੇ ਜਾਂਦੇ ਆ ਕਿ ਪੰਜਾਬੀ ਬੋਲੋਗੇ ਜਾਂ ਹਿੰਦੀ ਬੋਲੋਗੇ, ਕਈ ਸਕੂਲਾਂ 'ਚ ਹਿੰਦੀ ਬੋਲਣ 'ਤੇ ਵੀ ਫਾਈਨ ਕੀਤੇ ਜਾਂਦੇ ਆ। ਪਰ ਮੈਂ ਇੱਕ ਪੇਰੈਂਟਸ ਨੂੰ ਵੀ ਅਪੀਲ ਕਰਦੀ ਹਾਂ ਕਿ ਤੁਸੀਂ ਕਿਉਂ ਨਹੀਂ ਬੋਲਦੇ, ਕਿ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਅੰਗਰੇਜ਼ੀ ਬੋਲਣ, ਤਾਂ ਕਰਕੇ ਉਹ ਪੇਰੈਂਟਸ ਨਹੀਂ ਬੋਲਦੇ। ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜਿੱਥੇ ਅੰਗਰੇਜ਼ੀ ਬੋਲੀ ਜਾਂਦੀ ਆ, ਅੰਗਰੇਜ਼ੀ ਬੋਲਣ 'ਤੇ ਫਾਈਨ ਨਹੀਂ, ਉੱਥੇ ਸਾਡੀ ਮਾਂ ਬੋਲੀ ਬੋਲਣ 'ਤੇ ਵੀ ਫਾਈਨ ਨਹੀਂ ਹੋਣਾ ਚਾਹੀਦਾ। ਏਟਥ ਦੇ ਵਿੱਚ ਮੇਰੇ ਬੇਟੇ ਦੇ ਸਕੂਲ ਦੇ ਵਿੱਚ ਮੈਂ ਗਈ ਅਤੇ ਬੇਟੇ ਨੂੰ ਨਾ ਫਾਈਨ ਕੀਤਾ ਕਿ ਪੰਜਾਬੀ ਬੋਲਦਾ, ਤਾਂ ਮੈਂ ਮੈਮ ਨੂੰ ਕਿਹਾ ਮੈਂ ਇਹ ਫਾਈਨ ਪੇ ਨਹੀਂ ਕਰੂੰਗੀ, ਤੁਸੀਂ ਮੇਰੇ ਬੱਚੇ ਦਾ ਨਾਮ ਕੱਟ ਸਕਦੇ ਹੋ ਸਕੂਲ ਦੇ ਵਿੱਚੋਂ, ਪਰ ਮੇਰਾ ਬੱਚਾ ਪੰਜਾਬੀ ਬੋਲੂਗਾ, ਮੇਰੇ ਬੱਚੇ ਨੂੰ ਤੁਸੀਂ ਪੰਜਾਬੀ ਬੋਲਣ ਤੋਂ ਮਨਾ ਨਹੀਂ ਕਰ ਸਕਦੇ। ਇਹ ਚੀਜ਼ਾਂ ਕਿ ਜਿਵੇਂ ਅਸੀਂ ਇਸ ਚੀਜ਼ ਲਈ ਕਰ ਰਹੇ ਹਾਂ, ਹਰ ਪੇਰੈਂਟਸ ਨੂੰ ਇਹ ਗੱਲ ਕਹਿਣੀ ਚਾਹੀਦੀ ਆ, ਅਸੀਂ ਅੰਗਰੇਜ਼ੀ ਦੇ ਖਿਲਾਫ਼ ਨਹੀਂ, ਅਸੀਂ ਹਿੰਦੀ ਦੇ ਖਿਲਾਫ਼ ਨਹੀਂ, ਪਰ ਸਾਡੀ ਪੰਜਾਬੀ ਬੋਲਣ ਦੇ ਉੱਤੇ ਫਾਈਨ ਕਿਉਂ ਆ? ਤੁਸੀਂ ਪੇਰੈਂਟਸ ਦੀ ਗੱਲ ਕੀਤੀ ਹੈ ਕਿ ਪੇਰੈਂਟਸ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਆਪਣੀ ਮਾਂ ਬੋਲੀ ਦਾ ਜਿਹੜਾ ਸਤਿਕਾਰ ਕਰਨ ਦੇ ਲਈ, ਅਤੇ ਪੇਰੈਂਟਸ ਤੋਂ ਇਲਾਵਾ ਤੁਹਾਨੂੰ ਨਹੀਂ ਲੱਗਦਾ ਕਿ ਟੀਚਰਸ ਜਿਹੜੇ ਆ ਉਹਨਾਂ ਨੂੰ ਵੀ ਕੁਛ ਜਿਹੜੇ ਉਹਨਾਂ ਦੇ ਵੀ ਕੁਛ ਫਰਜ਼ ਹੋਣੇ ਜ਼ਰੂਰੀ ਨੇ? ਹਰ ਕਿਸੇ ਦਾ ਹੀ ਫਰਜ਼ ਆ, ਹਰ ਜੇ ਟੀਚਰ ਵੀ ਪੰਜਾਬੀ ਬੋਲਦੇ ਆ, ਟੀਚਰ ਵੀ ਪੰਜਾਬ ਤੋਂ ਬਿਲੋਂਗ ਕਰਦੇ ਆ, ਪੰਜਾਬੀ ਆ, ਤਾਂ ਫਿਰ ਉਹਨਾਂ ਨੂੰ ਵੀ ਇਸ ਚੀਜ਼ ਲਈ ਆਵਾਜ਼ ਚੱਕਣੀ ਚਾਹੀਦੀ ਆ। ਪਰ ਕਿਤੇ ਨਾ ਕਿਤੇ ਉਹ ਗੁਲਾਮ ਹੁੰਦੇ ਆ, ਉਹਨਾਂ ਨੇ ਉੱਥੇ ਜੌਬ ਕਰਨੀ ਆ, ਉਹ ਨਹੀਂ ਬੋਲਦੇ, ਪਰ ਪੇਰੈਂਟਸ ਦਾ ਬੋਲਣਾ ਚਾਹੀਦਾ ਨਾ। ਜੇ ਮੈਂ ਕਿਸੇ ਦੀ ਮਾਂ, ਮੈਂ ਆਪਦੇ ਬੱਚੇ ਦੇ ਫਾਈਨ ਲੱਗਣ 'ਤੇ ਬੋਲ ਸਕਦੀ ਹਾਂ, ਕਿਉਂਕਿ ਮਾਂ ਬੋਲੀ ਦਾ ਮਤਲਬ ਕੀ ਹੁੰਦਾ, ਜਿਹੜੀ ਮਾਂ ਦੁਆਰਾ ਸਿਖਾਈ ਗਈ ਬੋਲੀ ਹੁੰਦੀ ਹੈ। ਘਰੇ ਅਸੀਂ ਬੱਚੇ ਨੂੰ ਪੰਜਾਬੀ ਬੋਲਦੇ ਹਾਂ, ਤਾਂ ਫਿਰ ਸਕੂਲ ਦੇ ਵਿੱਚ ਅਸੀਂ ਜਦੋਂ ਬੱਚਾ ਪੰਜਾਬੀ ਬੋਲਦਾ ਤਾਂ ਅਸੀਂ ਫਾਈਨ ਪੇ ਕਰ ਦਿੰਦੇ ਹਾਂ ਕਿ ਹਾਂ ਸਾਡੇ ਬੱਚੇ ਨੂੰ ਫਾਈਨ ਪੇ ਹੋ ਗਿਆ ਪੰਜਾਬੀ ਬੋਲਣ 'ਤੇ, ਅਤੇ ਮਾਂ ਵੀ ਲੜਦੀ ਹੈ ਕਿ ਪੁੱਤ ਤੂੰ ਪੰਜਾਬੀ ਨਾ ਬੋਲੀ ਕਿਉਂ। ਮੈਂ ਤਾਂ ਪੇਰੈਂਟਸ ਨੂੰ ਹੀ ਇਹ ਅਪੀਲ ਕਰੂੰਗੀ ਕਿ ਜਿੱਥੇ ਅੰਗਰੇਜ਼ੀ ਬੋਲਦੇ ਆ ਬੱਚੇ, ਬੱਚਿਆਂ ਨੂੰ ਪੰਜਾਬੀ ਬੋਲਣ 'ਤੇ ਕੋਈ ਸਟੈਂਡਰਡ ਲੋ ਨਹੀਂ ਹੁੰਦਾ, ਪੰਜਾਬੀ ਸਾਡੀ ਮਾਂ ਬੋਲੀ ਆ। ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁੱਲ ਜਾਓਗੇ, ਮਾਂ ਬੋਲੀ ਭੁੱਲਣਾ ਤੁਸੀਂ ਗਲੀਆਂ ਦੇ ਕੱਖਾਂ ਨਾਲੋਂ ਵੀ ਭੈੜੇ ਹੋ ਜਾਓਗੇ, ਕਿਉਂਕਿ ਅੰਗਰੇਜ਼ੀ ਇੰਨੀ ਹਾਵੀ ਹੁੰਦੀ ਜਾ ਰਹੀ ਆ ਲੋਕਾਂ ਦੇ ਉੱਤੇ, ਇੰਨੀ ਜ਼ਿਆਦਾ ਹਾਵੀ ਹੁੰਦੀ ਜਾ ਰਹੀ ਆ, ਬੱਚੇ ਸਾਡੇ ਕਨਫਿਊਜ਼ ਹੋਏ ਪਏ ਆ। ਤੁਸੀਂ ਅੱਜ ਕੱਲ੍ਹ ਦੇ ਬੱਚਿਆਂ ਦੀ ਪੰਜਾਬੀ ਹਿੰਦੀ ਦੇਖਿਓ ਅੰਗਰੇਜ਼ੀ ਮਿਕਸ, ਉਹ ਕਿਉਂ ਆ? ਕਿਉਂਕਿ ਬੱਚਿਆਂ ਨੂੰ ਕਨਫਿਊਜ਼ ਕਰਤਾ, ਕਿਉਂਕਿ ਘਰੇ ਉਹ ਪੰਜਾਬੀ ਬੋਲਦੇ ਆ ਜਾਂ ਹਿੰਦੀ ਬੋਲਦੇ ਆ ਜਾਂ ਅੰਗਰੇਜ਼ੀ ਬੋਲਦੇ ਆ, ਜਿਨ੍ਹਾਂ ਉਹਨਾਂ ਨੂੰ ਇਹ ਭਾਸ਼ਾਵਾਂ ਦੇ ਵਿੱਚ ਕਨਫਿਊਜ਼ ਕਰਤਾ। ਮਾਂ ਬੋਲੀ ਕਿਸੇ ਨੂੰ ਬੋਲਣ ਤੋਂ ਰੋਕਣਾ ਨਹੀਂ ਚਾਹੀਦਾ, ਕਿਉਂਕਿ ਮਾਂ ਦੁਆਰਾ ਸਿਖਾਈ ਗਈ ਬੋਲੀ ਆ, ਉਹ ਬੱਚਾ ਮਾਂ ਦੇ ਢਿੱਡ 'ਚੋਂ ਹੀ ਸਿੱਖ ਕੇ ਆਉਂਦਾ, ਇੱਕ ਇਹੀ ਤਾਂ ਚੀਜ਼ ਆ ਜਿਹੜੀ ਉਹ ਮਾਂ ਤੋਂ ਸਿੱਖਦਾ। ਤੁਸੀਂ ਇੱਕ ਮਾਂ ਬੋਲੀ ਦੀ ਗੱਲ ਕਰ ਰਹੇ ਹੋ, ਅਤੇ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਸੀ 1966 ਦੇ ਵਿੱਚ, ਅਤੇ ਉਦੋਂ ਪੰਜਾਬ ਦੀ ਜਿਹੜੀ ਮਾਂ ਬੋਲੀ ਸੀਗੀ ਚੰਡੀਗੜ੍ਹ ਦੇ ਵਿੱਚ ਵੀ ਪੰਜਾਬੀ ਸੀ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕੀ ਕਾਰਨ ਹੋ ਸਕਦੇ ਨੇ ਕਿ ਹੌਲੀ 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 ਇਸ ਇੱਕ ਇਹ ਤੀਜੇ ਨੰਬਰ 'ਤੇ ਆ ਗਈ ਹੈ ਜੀ?
वैस्टर्न का असर आ लोगों के खुद ही लोग ही ये गल सोचते कि साडा पंजाबी बोलन स्टैंडर्ड लो हों। मैं एक किसी पंजाबी सरदारा के घर गई उत्थे दोवें हसबेंड वाइफ अंग्रेजी च लड़ रहे हैं तो मैं उन्होंने हसद मजाक करके कहा मैं क्या अंग्रेजी तो लड़न का स्वाद ही नहीं लड़न का तो पंजाबी स्वाद हों भी तुसी पंजाबी हो के तुसी अंग्रेजी च लड़ाई कर रहे हो। लोगों को ना ए लगता कि जे असी पंजाबी बोलेंगे साडा स्टैंडर्ड लो हों बस होर कुछ नहीं आ पर माँ बोली रही होंगी है आपकी माँ बोली मनो ना विसारो पंजाबी हो पंजाब तो पंजाबी माँ बोली सांभ के रखो नहीं तो ये खत्म हो जूगी साड़ी गुरुआ पीर की देन आ साड़ी ये पंजाबी इनू खत्म होने तो बचा लो आज हंबला मारीे चंडीगढ़ के पंजाबी भाषा को पहली भाषा का दर्जा दवाने के लिए। बहुत बहुत शुक्रिया जी। वीडियो जर्नलिस्ट मनजिंदर के नाल मैं गुलजिंदर कौर खालस टीवी।